ਕਰਫਿਊ ਦੌਰਾਨ ਲੋਕਾਂ ਨੂੰ ਜ਼ਰੂਰੀ ਵਸਤੂਆਂ ਦੀ ਸਪਲਾਈ ਸਹੀ ਹੋਵੇ ਅਤੇ ਕੋਈ ਮੁਸ਼ਕਿਲ ਨਾ ਹੋਵੇ, ਇਸ ਲਈ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜ਼ੋਨ ਸਿਸਟਮ ਬਣਾਇਆ ਜਾ ਚੁੱਕਾ ਹੈ। ਇਹ ਜਾਣਕਾਰੀ ਦਿੰਦੇ DCP ਜਗਮੋਹਨ ਸਿੰਘ ਨੇ ਆਖਿਆ ਕਿ ਜਿਨ੍ਹਾਂ ਲੋਕਾਂ ਨੂੰ ਐਮਰਜੈਂਸੀ ਲਈ ਕਰਫਿਊ ਪਾਸ ਜਾਰੀ ਕੀਤੇ ਗਏ ਹਨ, ਉਹ ਇਹਨਾਂ ਦਾ ਗਲਤ ਇਸਤੇਮਾਲ ਨਾ ਕਰਨ। ਜੋ ਵਪਾਰੀ ਇੰਟਰ ਸਟੇਟ ਜਾਂ ਇੰਟਰ ਡਿਸਟ੍ਰਿਕਟ ਜਾ ਕੇ ਸਮਾਨ ਖਰੀਦ ਕੇ ਲਿਆਉਣਾ ਚਾਹੁੰਦੇ ਹਨ, ਉਹਨਾਂ ਨੂੰ ਪੁਲਿਸ ਵਿਭਾਗ ਵੱਲੋਂ ਪਾਸ ਜਾਰੀ ਕੀਤੇ ਜਾਣਗੇ। DCP ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰਫਿਊ ਦੀ ਉਲੰਘਣਾ ਨਾ ਕਰਨ, ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਸਾਡੇ ਜਿਹੜੇ 5 ਜ਼ੋਨ ਬਣਾਏ ਗਏ ਆ, ਇਹ 5 ਸੈਕਟਰ ਦੇ ਵਿੱਚ ਸਾਡੇ ਜਿਹੜਾ ਹੈਗਾ ਇੱਕ ਇੰਸਪੈਕਟਰ ਰੈਂਕ ਦਾ ਆਫਿਸਰ ਆ ਅਤੇ ACP ਜਿਹੜਾ ਹੈਗਾ ਉਹਨੂੰ ਸੁਪਰਵਾਈਜ਼ ਕਰ ਰਿਹਾ। ਅੱਗਿਓਂ ਸਬ ਸੈਕਟਰ ਬਣੇ ਆ, 85 ਜਿਹੜੇ ਆ ਸਬ ਸੈਕਟਰ ਆ, ਜਿਹਦੇ ਵਿੱਚ ਹਰ ਇੱਕ ਦੇ ਵਿੱਚ ਇੱਕ NGO ਲਾਇਆ ਗਿਆ। ਇਹਦੇ ਨਾਲ ਜਿਹੜੇ ਹਰ ਇੱਕ ਸੈਕਟਰ ਦੇ ਵਿੱਚ ਜਿਹੜੇ ਹੈਗੇ ਸਬ ਸੈਕਟਰ ਅਤੇ ਸੈਕਟਰ ਦੇ ਵਿੱਚ ਸਿਵਲ ਪ੍ਰਸ਼ਾਸਨ ਦੇ ਵੀ ਜਿਹੜੇ ਆ ਆਫਿਸਰ ਜਿਹੜੇ ਨਾਲ ਲਾਏ ਗਏ ਆ, ਤਾਂ ਜੋ ਜਿਹੜੀਆਂ ਲੋਕਾਂ ਦੀਆਂ ਰੋਜ਼ਮਰ੍ਹਾ ਦੀਆਂ ਜਿਹੜੀਆਂ ਜ਼ਰੂਰਤਾਂ ਹੈਗੀਆਂ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ। ਕਿਸੇ ਨੂੰ ਦਵਾਈ ਦੀ ਹੈਗੀ ਆ, ਕਿਸੇ ਨੂੰ ਕੋਈ ਸੀਵਰੇਜ ਦੀ ਪ੍ਰੋਬਲਮ ਆਉਂਦੀ, ਕਿਸੇ ਨੂੰ ਕੋਈ ਮੈਡੀਸਨ ਦੀ ਪ੍ਰੋਬਲਮ ਆਉਂਦੀ, ਉਹਨਾਂ ਦਾ ਜਿਹੜਾ ਸਮੱਸਿਆ ਦਾ ਹੱਲ ਕਰਨ ਲਈ ਜਿਹੜੇ ਇਹ ਕੋਆਰਡੀਨੇਟ ਕਰਨਗੇ। ਔਰ ਜਿਹੜਾ ਵੀ ਕੋਈ ਉੱਥੇ ਕੋਈ NGOs ਕਰ ਰਹੇ ਹੈਗੇ ਆ ਜਾਂ ਕੋਈ ਜਿਹੜੀਆਂ ਹੋਰ ਧਾਰਮਿਕ ਸੰਸਥਾਵਾਂ ਜਿਹੜੀਆਂ ਦਾਨ ਕਰ ਰਹੀਆਂ ਹੈਗੀਆਂ, ਕੋਈ ਜ਼ਰੂਰੀ ਵਸਤਾਂ ਭੇਜ ਰਹੀਆਂ ਹੈਗੀਆਂ, ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨਾਲ ਕੋਆਰਡੀਨੇਟ ਕਰਕੇ ਉਸ ਇਲਾਕੇ ਦੇ ਵਿੱਚ ਉਹ ਡਿਸਟ੍ਰੀਬਿਊਟ ਕਰਨਗੇ। ਮੈਂ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਵੀ ਪਾਸ ਬਣੇ ਉਹ ਸਪੈਸੀਫਿਕ ਉਸ ਪਰਟੀਕੁਲਰ ਜਗ੍ਹਾ ਲਈ ਉਸ ਕੰਮ ਲਈ ਪਾਸ ਬਣਿਆ ਹੈਗਾ। ਕਿਸੇ ਨੂੰ ਜੇ ਕਿਸੇ ਨੇ ਮੈਡੀਸਨ ਲੈਣ ਜਾਣ ਲਈ ਉਸ ਲਈ ਪਾਸ ਬਣਿਆ ਹੈਗਾ ਜਾਂ ਉਹਦੀ ਕੋਈ ਜ਼ਰੂਰੀ ਹੈਗਾ ਤਾਂ ਪਾਸ ਬਣਿਆ, ਉਹ ਮਿਸਯੂਜ਼ ਨਾ ਕਰਨ ਔਰ ਉਸ ਏਰੀਏ 'ਚ ਜਾਣ ਜਿਸ ਲਈ ਉਹਦਾ ਪਾਸ ਬਣਿਆ। ਅਦਰਵਾਈਜ਼ ਜੇ ਕੋਈ ਇੱਧਰ ਉੱਧਰ ਘੁੰਮਦਾ ਫੜਿਆ ਗਿਆ ਤਾਂ ਉਹਦੇ ਖਿਲਾਫ਼ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ, ਉਹਦੇ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਊਗਾ। ਮੈਂ ਲੋਕਾਂ ਨੂੰ ਇਹ ਵੀ ਅਪੀਲ ਕਰਨੀ ਚਾਹੁੰਦਾ ਕਿਉਂਕਿ ਹੁਣ ਅਸੀਂ ਸਬਜ਼ੀ ਦੀਆਂ ਰੇਹੜੀਆਂ ਅਤੇ ਜਿਹੜੇ ਅਸੀਂ ਉਹ ਜੋ ਵੀ ਗਰੋਸਰੀ ਸਟੋਰ ਹੈਗੇ ਆ ਉਹ ਅਸੀਂ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਉਹਨਾਂ ਦੀਆਂ ਗਲੀਆਂ ਦੇ ਵਿੱਚ ਜਾਂ ਜਿਹੜੇ ਗਰੋਸਰੀ ਸਟੋਰ ਹੈਗੇ ਉਹ ਘਰ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਸਮਾਨ ਪਹੁੰਚਾ ਰਹੇ ਆ। ਇਸ ਕਰਕੇ ਮੈਂ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਕੋਈ ਵੀ ਵਿਅਕਤੀ ਜਿਹੜਾ ਹੈਗਾ ਉਹ ਸਬਜ਼ੀ ਮੰਡੀ ਦੇ ਵਿੱਚ ਜਾਂ ਉਹ ਬਾਹਰ ਨਾ ਨਿਕਲੇ, ਉਹਨਾਂ ਦੇ ਡੋਰ ਸਟੈਪ 'ਤੇ ਜਿਹੜੇ ਹੈਗੀਆਂ ਜਿਹੜੀਆਂ ਤੁਹਾਨੂੰ ਡੇਲੀ ਜ਼ਰੂਰਤਾਂ ਹੈਗੀਆਂ ਉਹ ਪਹੁੰਚਾਈਆਂ ਜਾ ਰਹੀਆਂ। ਇਸੇ ਤਰ੍ਹਾਂ ਜਿਹੜੇ ਹੈਗੇ ਦੁੱਧ ਹੀ ਅਸੀਂ ਉਹਨਾਂ ਨੂੰ ਅਲਾਓ ਕੀਤਾ ਹੈਗਾ, ਇਸੇ ਤਰ੍ਹਾਂ ਵੇਰਕਾ ਜਿਹੜੇ ਮਿਲਕ ਪਲਾਂਟ ਵਾਲੇ ਹੈਗੇ ਆ ਉਹਨਾਂ ਦੇ ਜਿਹੜੇ ਕਰਮਚਾਰੀ ਆ ਉਹਨਾਂ ਦੇ ਜਿਹੜੇ ਵੈਂਡਰ ਆ ਉਹ ਲੋਕਾਂ ਨੂੰ ਘਰ ਘਰ ਦੇ ਵਿੱਚ ਜਿਹੜਾ ਦੁੱਧ ਪਹੁੰਚਾ ਰਹੇ ਆ। ਮੈਂ ਲੋਕਾਂ ਤੋਂ ਇਹੀ ਸਹਿਯੋਗ ਮੰਗਣਾ ਚਾਹੁੰਦਾ ਕਿ ਲੋਕ ਇਸ ਨੂੰ ਕੋਈ ਵੀ ਅਸੀਂ ਵੀ ਇਸ ਨੂੰ ਡਿਊਟੀ ਨਹੀਂ ਸਮਝਦੇ, ਇਹ ਸਾਡਾ ਫਰਜ਼ ਬਣਦਾ ਹੈਗਾ ਹਰ ਇੱਕ ਨਾਗਰਿਕ ਦਾ ਕਿ ਅਸੀਂ ਇਸ ਬਿਮਾਰੀ ਤੋਂ ਬਚਣ ਲਈ ਜੋ ਵੀ ਹੈਲਥ ਡਿਪਾਰਟਮੈਂਟ ਵੱਲੋਂ ਆਈਆਂ ਇੰਸਟਰਕਸ਼ਨਸ ਹੈਗੀਆਂ ਅਸੀਂ ਉਹਨਾਂ ਨੂੰ ਫੋਲੋ ਕਰੀਏ, ਅਸੀਂ ਆਪਣੇ ਘਰਾਂ ਦੇ ਵਿੱਚ ਰਹੀਏ, ਬਾਹਰ ਇੱਧਰ ਉੱਧਰ ਨਾ ਜਾਈਏ, ਸਿਰ ਮਜਬੂਰੀ ਦੇ ਵਿੱਚ ਹੀ ਕਿਤੇ ਜਾਣਾ ਪੈਂਦਾ ਤਾਂ ਉੱਥੇ ਜਾਈਏ। ਜਿਹੜਾ ਹੈਲਪਲਾਈਨ ਨੰਬਰ ਹੈ ਸਾਡਾ 112 ਉਹ 24 ਘੰਟੇ ਸਾਡਾ ਜਿਹੜਾ ਹੈਗਾ ਚੱਲ ਰਿਹਾ ਹੈਗਾ ਕੰਟਰੋਲ ਰੂਮ 'ਤੇ, ਕੋਈ ਵੀ ਇਨਫੋਰਮੇਸ਼ਨ ਆਉਂਦੀ ਤਾਂ ਇਮੀਡੀਏਟਲੀ ਸਾਡਾ ਸੰਬੰਧਿਤ ਜਿਹੜਾ ਆਫਿਸਰ ਹੈਗਾ ਸਾਡੇ ACP ਆ, ਸਾਡੇ SHO ਆ, ਸਾਡੇ ਸੈਕਟਰ ਇੰਚਾਰਜ ਆ, ਅਸੀਂ ਇਮੀਡੀਏਟਲੀ ਉਹਨਾਂ ਨੂੰ ਜਿਹੜੀਆਂ ਉਹ ਸਮੱਸਿਆ ਬਾਰੇ ਦੱਸਦੇ ਹਾਂ, ਉਹਨਾਂ ਕੋਲ ਨੰਬਰ ਡਿਵਾਈਡ ਕਰਦੇ ਹਾਂ, ਉਹ ਇਮੀਡੀਏਟਲੀ ਉਹਦਾ ਮਸਲੇ ਦਾ ਜਿਹੜਾ ਹੈਗਾ ਉਹ ਸਮੱਸਿਆ ਦਾ ਜਿਹੜਾ ਹੱਲ ਕਰ ਰਹੇ ਆ। ਬਿਲਕੁਲ ਜੀ, ਅਸੀਂ ਪਹਿਲਾਂ ਵੀ ਪਰਚੇ ਦਰਜ ਕੀਤੇ ਹੈਗੇ ਆ, ਹੁਣ ਵੀ ਸਾਡੇ ਵੱਲੋਂ ਜਿਹੜਾ ਹੈਗਾ ਜੇ ਕੋਈ ਵਿਅਕਤੀ ਬਿਨਾਂ ਕਿਸੇ ਗੱਲ ਤੋਂ ਬਾਹਰ ਘਰੋਂ ਬਾਹਰ ਨਿਕਲਦਾ ਹੈਗਾ ਉਹਦੇ ਖਿਲਾਫ਼ ਜਿਹੜਾ ਹੈਗਾ ਅਸੀਂ ਸਖ਼ਤ ਐਕਸ਼ਨ ਲਵਾਂਗੇ, ਕਿਉਂਕਿ ਅਦਰਵਾਈਜ਼ ਜਿਹੜਾ ਸਾਡਾ ਲੋਕਡਾਊਨ ਦਾ ਪਰਪਜ਼ ਆ ਉਹ ਅਸੀਂ ਅਚੀਵ ਕਰਨਾ ਹੈਗਾ। ਇਸ ਕਰਕੇ ਅਸੀਂ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ, ਸਾਰਾ ਪ੍ਰਸ਼ਾਸਨ ਵੀ, ਸਮੁੱਚਾ ਪੰਜਾਬ ਜਿਹੜਾ ਹੈਗਾ ਇਸ ਟਾਈਮ ਇਸ ਦੌਰ ਤੋਂ ਲੰਘ ਰਿਹਾ ਹੈਗਾ, ਪੂਰੇ
ਇੰਡੀਆ ਦੇ ਵਿੱਚ ਜਿਹੜਾ ਹੈਗਾ ਇਹ ਕਰਫਿਊ ਵਾਲੀ ਸਥਿਤੀ ਬਣੀ ਹੋਈ ਆ। ਇਸ ਨੂੰ ਮੱਦੇਨਜ਼ਰ ਰੱਖਦੇ ਮੈਂ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਆਪਣੇ ਘਰਾਂ ਦੇ ਵਿੱਚ ਬਣੇ ਰਹਿਣ, ਉਹਨਾਂ ਦੀਆਂ ਜਿਹੜੀਆਂ ਸਮੱਸਿਆ ਹੈਗੀਆਂ ਉਹਦੇ ਬਾਰੇ ਜਿਹੜਾ ਹੈ ਗਵਰਨਮੈਂਟ ਨੇ ਬੜਾ ਗੰਭੀਰਤਾ ਨਾਲ ਲਿਆ ਇਸ ਸੰਬੰਧ ਦੇ ਵਿੱਚ। ਰੈਗੂਲਰ ਸਾਡੀਆਂ ਵੀਡੀਓ ਕਾਨਫਰੰਸ ਸੀਨੀਅਰ ਆਫਿਸਰਸ ਨਾਲ ਚੱਲ ਰਹੀਆਂ ਹੈਗੀਆਂ, ਔਰ ਅਸੀਂ ਜਿਹੜਾ ਹੈਗਾ ਸਾਡੀ ਆਪਸ ਦੇ ਵਿੱਚ ਜਿਹੜੀਆਂ ਮੀਟਿੰਗਸ ਚੱਲ ਰਹੀਆਂ ਹੈਗੀਆਂ 24 ਆਵਰ ਜਿਹੜੇ ਹੈਗੇ ਸਾਡੇ ਆਫਿਸਰਸ ਹੈਗੇ ਆ ਉਹ ਬਾਹਰ ਹੈਗੇ ਆ। ਸਾਡਾ ਕੋਈ ਵੀ ਸੰਡੇ ਜਾਂ ਕੋਈ ਵੀ ਛੁੱਟੀ ਵਾਲਾ ਦਿਨ ਨਹੀਂ ਹੈਗਾ, ਅਸੀਂ ਸਾਰੇ ਆਫਿਸਰ CP ਸਾਹਿਬ ਦੀ ਡਾਇਰੈਕਸ਼ਨ ਦੇ ਥੱਲੇ ਜਿਹੜਾ ਹੈਗਾ 24 ਘੰਟੇ ਸਾਰੇ ਆਫਿਸਰ ਕੰਮ ਕਰ ਰਹੇ ਆ। ਮੈਂ ਲੋਕਾਂ ਨੂੰ ਇਹੀ ਰਿਕੁਐਸਟ ਕਰਨੀ ਚਾਹੁੰਦਾ ਹੈਗਾ ਕਿ ਲੋਕ ਆਪਣੇ ਘਰਾਂ ਦੇ ਵਿੱਚ ਬਣੇ ਰਹਿਣ।